टेक जी टेक भाई मोदी आवी पट्ट हो तो भी
उधर फस जाएंगे नहीं थलो होएगा कट में गया बैरियर सेट करके दोस्तों गुंडागर्दी का नंगा नाच आपने देखा और ये सरकारी शह के बिना सरकार दी शह तो बिना यह संभव नहीं हैगा जो अज इत्थे फिरोजपुर दे विच किता जा रहा दोस्तों असी फिरोजपुर दे बॉर्डर ते हैं मोगा फिरोजपुर रोड ते हैं इत्थे तुसी पहली वीडियो दे विच देखे ही होना है इस तो पहले कि किन्नी बुरी तरह दे नाल दंगाइयां ने लाठी डंडियां दे नाल लैस होके बीजेपी दी रैली च भाग लैण जाण वालियां बसां ते तोड़फोड़ कीती है पूरी लुट मचाई गई है बैनर पाड़े गए बसा के शीशे तोड़े गए तो जे किसी ने
ਡਰਾਈਵਰ ਭਰਾ ਨੇ ਪ੍ਰੋਟੈਸਟ ਕਰਨ ਦੀ ਜ਼ਰੂਰਤ ਕੀਤੀ ਤੇ ਉਹਨੂੰ ਕੁੱਟਿਆ ਵੀ ਗਿਆ। ਦੋਸਤੋ ਇਹ ਸਾਰਾ ਕੁਝ ਕਾਂਗਰਸ ਦੀ, ਇਹ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਮੋਦੀ ਜੀ ਦੀ ਆਉਣ ਤੋਂ ਘਬਰਾਈ ਹੋਈ ਹੈ, ਸਾਰੇ ਪੰਜਾਬ ਦੇ ਵਿੱਚ ਇਹ ਮੈਸੇਜ ਜਾ ਸਕੇ। ਜਿੰਨੇ ਵੀ ਲੋਕ ਮੇਰੇ ਮੋਦੀ ਸਾਹਿਬ ਨੂੰ ਫੋਲੋ ਕਰਨ ਵਾਲੇ ਦੇਖ ਰਹੇ ਹੈ, ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪੰਜਾਬ ਦੇ ਵਿੱਚ ਜਿਹੜਾ ਗੁੰਡਾ ਰਾਜ ਪੰਜਾਬ ਕਸ਼ਮੀਰ ਬਣਨ ਵੱਲ ਜਿਹੜਾ ਤੁਰ ਪਿਆ, ਜਿਹਦਾ ਕਸ਼ਮੀਰ 'ਚ ਦੰਗਾਈ ਕਾਰਾਂ ਬੱਸਾਂ 'ਤੇ ਹਮਲੇ ਕਰਦੇ ਹੈ, ਉੱਦਾਂ ਦਾ ਹਮਲਾ ਪੰਜਾਬ ਦੇ ਵਿੱਚ ਵੀ ਸ਼ੁਰੂ ਹੋ ਗਿਆ। ਮੇਰੀ ਤੁਹਾਨੂੰ ਸਾਰੇ ਵੀਰਾਂ ਨੂੰ ਰਿਕੁਐਸਟ ਹੈ, ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਅੱਗੇ ਫਿਰ ਪ੍ਰੋਟੈਸਟ ਚੱਲ ਰਿਹਾ, ਕੋਸ਼ਿਸ਼ ਕਰਾਂਗੇ ਕਿ ਇੱਥੋਂ ਨਿਕਲ ਜਾਈਏ ਪਰ ਮੁਸ਼ਕਲ ਲੱਗ ਰਿਹਾ। ਅਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ, ਕਾਂਗਰਸ ਸਰਕਾਰ ਦੀ ਸ਼ਹਿ 'ਤੇ, ਕਾਂਗਰਸ ਸਰਕਾਰ ਦੀ ਗੁੰਡਾਗਰਦੀ ਦੀ ਸ਼ਹਿ 'ਤੇ ਕਾਂਗਰਸ ਨਹੀਂ ਚਾਹੁੰਦੀ ਕਿ ਲੱਖਾਂ ਲੋਕ ਰੈਲੀ ਦੇ ਵਿੱਚ ਪਹੁੰਚਣ। ਕਾਂਗਰਸ ਕਿਸਾਨਾਂ ਦੀ ਆੜ ਦੇ ਵਿੱਚ ਆਪਣੇ ਬੰਦੇ ਭੇਜ ਕੇ ਇਸ ਤਰੀਕੇ ਦਾ ਕਾਰਾ ਕਰ ਰਹੀ ਹੈ। ਦੋਸਤੋ ਗੁੰਡਾਗਰਦੀ ਦਾ ਨੰਗਾ ਨਾਚ ਸੜਕਾਂ ਦੇ ਉੱਤੇ, ਉਪਦਰਵੀ ਆ ਚੁੱਕੇ ਹੈ, ਮਤਲਬ ਬਿਲਕੁਲ ਦੰਗੇ ਦਾ ਮਾਹੌਲ ਬਣ ਚੁੱਕਿਆ ਹੈ। ਲਾਅ ਐਂਡ ਆਰਡਰ ਕੋਲੈਪਸ ਕਰ ਗਿਆ, ਪੁਲਿਸ ਮੂਕ ਦਰਸ਼ਕ ਬਣ ਕੇ ਕੋਲ ਖੜੀ ਹੋਈ ਹੈ, ਹਾਲਾਤ ਬਹੁਤ ਵਿਗੜ ਚੁੱਕੇ ਹੈ। ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ, ਜਿਹੜੇ ਜਿਹੜੇ ਵੀ ਲੋਕ ਇਹ ਵੀਡੀਓ ਦੇਖ ਰਹੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਬਾਕੀ ਲੋਕ ਵੀ ਵਿਜੀਲੈਂਟ ਹੋ ਸਕਣ, ਜਿਹੜੇ ਪਿੱਛੋਂ ਆ ਰਹੇ ਹੈ ਉਹ ਵੀ ਵਿਜੀਲੈਂਟ ਹੋ ਸਕਣ। ਫਿਰੋਜ਼ਪੁਰ ਤੋਂ 15-20 ਕਿਲੋਮੀਟਰ ਦੇ ਪਹਿਲੇ ਦੰਗਾਈਆਂ ਨੇ ਰੋਡ 'ਤੇ ਕਬਜ਼ਾ ਕਰ ਲਿਆ, ਉਹ ਕਾਰਾਂ ਨੂੰ ਬੱਸਾਂ ਨੂੰ ਤੋੜ ਰਹੇ ਹੈ, ਪੋਸਟਰ ਫਾੜ ਰਹੇ ਹੈ, ਗੰਦੀਆਂ ਗੰਦੀਆਂ ਗਾਲਾਂ ਕੱਢ ਰਹੇ ਹੈ ਅਤੇ ਲੋਕਾਂ ਨੂੰ ਟੋਰਚਰ ਕਰ ਰਹੇ ਹੈ। ਬਹੁਤ ਬਹੁਤ ਧੰਨਵਾਦ, ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ।